ਭੂਤ ਪ੍ਰੇਤ ਕੱਢਣ ਦੇ ਨਾਂ 'ਤੇ ਪਾਦਰੀ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮੁੰਡਾ। ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕਢਵਾਈ ਲਾਸ਼। ਗੁਰਦਾਸਪੁਰ ਦੇ ਧਾਰੀਵਾਲ ਨਜ਼ਦੀਕੀ ਪਿੰਡ ਸਿੰਘਪੁਰਾ ਵਿੱਚ ਕਬਰਸਤਾਨ ਵਿੱਚੋਂ ਇੱਕ ਲਾਸ਼ ਕਢਵਾ ਕੇ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਲਈ ਭੇਜੀ ਗਈ। ਇਹ ਲਾਸ਼ 30 ਸਾਲਾ ਨੌਜਵਾਨ ਦੀ ਸੀ, ਜਿਸ ਨੂੰ ਇੱਕ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਂ 'ਤੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ DSP ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਥਾਣਾ ਧਾਰੀਵਾਲ ਨੇ ਬੀਤੇ ਦਿਨ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਲੜਕਾ ਸੈਮੂਅਲ ਮਸੀਹ, ਉਮਰ ਕਰੀਬ 30 ਸਾਲ, ਜੋ ਬਿਮਾਰ ਸੀ, ਉਸਨੇ ਪਾਦਰੀ ਯਕਬ ਮਸੀਹ ਅਤੇ ਬਲਜੀਤ ਸਿੰਘ ਨੂੰ ਦੁਆ ਕਰਨ ਵਾਸਤੇ ਆਪਣੇ ਘਰ ਬੁਲਾਇਆ ਸੀ, ਜੋ ਮਿਤੀ 21 ਅਗਸਤ ਨੂੰ ਰਾਤ 10 ਵਜੇ ਉਸਦੇ ਘਰ ਆਏ ਅਤੇ ਬਾਅਦ ਵਿੱਚ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਉਸਦੇ ਲੜਕੇ ਸੈਮੂਅਲ ਮਸੀਹ ਦੀ ਭੂਤ ਕੱਢਣ ਦੇ ਨਾਮ 'ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸਨੂੰ ਮੰਜੇ 'ਤੇ ਪਾ ਕੇ ਚਲੇ ਗਏ। ਜਦ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਸੈਮੂਅਲ ਮਸੀਹ ਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਮਿਤੀ 22 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕਬਰਸਤਾਨ ਵਿੱਚ ਦਫਨਾ ਦਿੱਤਾ ਸੀ, ਜਿਸ ਬਾਰੇ ਥਾਣਾ ਧਾਰੀਵਾਲ ਵਿਖੇ ਇਤਲਾਹ ਦਿੱਤੀ ਗਈ। ਇਤਲਾਹ ਮਿਲਣ 'ਤੇ ਜੈਕਮ ਸੀ ਜੱਕੀ ਪੁੱਤਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਬਲਜੀਤ ਸਿੰਘ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਸੁਖਚੈਨੀਆਂ ਥਾਣਾ ਘੁੰਮਣ ਕਲਾਂ, 7-8 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੀ ਤਹਿਸੀਲਦਾਰ ਇੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰਸਤਾਨ ਵਿੱਚੋਂ ਕਢਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਬਾਕੀ ਤੁਸੀਂ ਖੁਦ ਦੇਖੋ ਅਤੇ ਸੁਣੋ ਕੀ ਹੈ ਪੂਰਾ ਮਾਮਲਾ। ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੇ ਕੇਸ ਵੱਧ ਰਹੇ ਹਨ ਅਤੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਲੋਕ ਇਹਨਾਂ ਬਾਬਿਆਂ ਅਤੇ ਪਖੰਡੀਆਂ ਕੋਲ ਜਾ ਕੇ ਇਹੋ ਜਿਹੇ ਇਲਾਜ ਕਰਵਾਉਂਦੇ ਹਨ, ਜਿਸ ਦੇ ਨਾਲ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ। ਵਿਸ਼ੇਸ਼ ਰਿਪੋਰਟ, ਹਰਪਾਲ ਸਿੰਘ, ਗੁਰਦਾਸਪੁਰ। ਪਿੰਡ ਮੇਰਾ ਸਿੰਘਪੁਰ, ਇਹਨਾਂ ਨੇ ਬੁਲਾਇਆ ਸੀ ਦਵਾ ਕਰਨ ਵਾਸਤੇ ਸਥਾਨ ਕੇ। ਮੈਂ ਕਿਹਾ ਚੱਲ ਦਵਾ ਨਾ ਠੀਕ ਹੋ ਜਾਏਗਾ, ਇਹਨਾਂ ਨੇ ਦਵਾ ਨਹੀਂ ਕੀਤੀ, ਇਹਨਾਂ ਨੇ ਕੁੱਟ ਕੁੱਟ ਕੇ ਅਤੇ ਉਹ ਰਾਤ ਮਾਰ ਸੜਿਆ, ਠੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਨਾਲ, ਇਹਨਾਂ ਨੇ 7-8 ਜਾਣੇ ਬੁਲਾਏ ਸੀ, ਉਹ ਇਹਨਾਂ ਨੇ ਬਾਅਦ 'ਚ ਠੁੱਡ ਮਾਰ ਮਾਰ ਕੇ ਤਾਂ ਬਾਹਰ ਮਾਰ ਸੜਿਆ, ਅਤੇ ਬਾਅਦ 'ਚ ਆਪਾਂ ਗਾਂਹ ਹੁੰਦੇ ਸੀ ਸੁਡਾਉਂਦੇ ਸੀ ਅਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤਾਂ ਬਹਿ ਜਾਓ, ਅਸੀਂ ਆਪਣੀ ਤਸੱਲੀ ਆਪੇ ਕਰ ਲੈਂਦੇ ਹਾਂ। ਪਹਿਲਾਂ ਵੀ ਇੱਦਾਂ ਕਰਦੇ ਰਹੇ, ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ। ਉਹ ਦੋ ਜਣੇ ਪਹਿਲੋਂ ਆਏ ਪ੍ਰਾਰਥਨਾ ਕਰਨ ਵਾਸਤੇ, ਉਹਨੇ 10-12 ਪਾਸਟਰ ਹੋਰ ਸੱਦਣੇ ਲੱਗ ਗਏ, ਉਹ ਉਹਨਾਂ ਨੇ ਆਣ ਕੇ ਕਿਸੇ ਨੇ ਠੁੱਡ ਮਾਰਨੇ ਸ਼ੁਰੂ ਕਰਤੇ, ਕਿਸੇ ਨੇ ਚਪੇੜਾ ਮਾਰਨੀਆਂ ਸ਼ੁਰੂ ਕਰਤੀਆਂ, ਮੇਰੇ ਪੁੱਤ ਨੂੰ ਕੋਹ ਕੇ ਮਾਰਿਆ ਸਾਰੇ ਪਿੰਡ ਦੇ ਰੇੜੇ ਦੇ ਵਿੱਚ ਉਹਨਾਂ ਨੇ, ਧੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੱਡਿਆ, ਉਹਨੂੰ ਸਾਰਾ ਨੀਲਾ ਕਰ ਛੱਡਿਆ, ਇੰਨੀਆਂ ਕੁ ਸੱਟਾਂ ਲਾਈਆਂ। ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ, ਅਤੇ ਮੇਰੇ ਬੱਚੇ ਨੂੰ ਇੱਦਾਂ ਬਾਹਾਂ ਪਿੱਛੇ ਬੰਨ੍ਹ ਕੇ, ਲੱਤਾਂ ਵੀ ਬੰਨ੍ਹ ਕੇ, ਅਤੇ ਮੰਜੀ 'ਤੇ ਮੂਧਾ ਸੁੱਟ ਗਏ।
ਮੂਧਾ ਸੁੱਟਣ ਦੇ ਕਾਰਨ ਅਜੇ ਇਹ ਗਏ ਹੀ ਆ ਤੇ ਮੇਰੇ ਬੱਚੇ ਨੇ ਦਮ ਤੋੜਤੇ। ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ, ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨੀ ਲੱਗ ਰਹੀ। ਇਸ ਕਾਰਨ ਇਹਨਾਂ ਨੇ ਕੁੱਟ ਕੁੱਟ ਕੇ, ਮੈਂ ਘਰ ਵਿੱਚ ਅਸੀਂ ਦੋਵੇਂ ਨੌ ਸੱਸ ਸੀ ਸਾਡੀ, ਇਹਨਾਂ ਨੇ ਪੇਸ਼ ਨਹੀਂ ਜਾਣ ਦੀ, 10-15 ਬੰਦੇ ਸੀ। ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫਿਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ ਬੁੱਧ ਨਹੀਂ। ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੀ ਮੇਰਾ ਸਹਾਰਾ ਸੀ, ਮੇਰਾ ਆਦਮੀ ਵੀ ਨਹੀਂ ਆ ਸਿਰ ਤੇ, ਉਹ ਵੀ ਮਿਹਨਤ ਵਾਲਿਆ, ਉਹ ਕੁਛ ਕਰਦਾ ਨਹੀਂ ਆ, ਮੰਜੀ ਤੇ ਬੈਠਾ ਵਾ। ਕਿੰਨੇ ਬੱਚੇ ਇਹਦੇ? ਇਹਦੇ 3 ਬੱਚੇ ਆ ਤੇ ਚੌਥੀ ਆਪ ਆ, 5ਵਾਂ ਮੇਰਾ ਬੇਟਾ ਸੀ ਉਹ ਕੰਮ ਕਰਦਾ। ਹਾਂਜੀ, ਕਬਰ ਕਿਉਂ ਪੁੱਟ ਰਿਹਾ? ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਦਦ ਕੀਤੀ ਜਾਏ, ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਹ ਮਾਰਿਆ ਵਾ, ਤੇ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਿਖਾਇਆ ਵਾ, ਇਸ ਕਰਕੇ ਅਸੀਂ ਪੋਸਟ ਮਾਰਟਮ ਵਾਸਤੇ ਇਹਨੂੰ ਪੁੱਟ ਰਹੇ। ਕਬਰ ਫਿਰ ਪੁੱਟ ਰਹੇ? ਕਬਰ ਫਿਰ ਪੁੱਟ ਰਹੇ। ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ, ਤੇ ਉਹ ਮਤਲਬ ਲਾਸ਼ ਜਿਹੜੀ ਆ, ਪੁਲਿਸ ਡਿਪਟੀ ਸਾਹਿਬ ਆਏ ਆ, SHO ਧਾਰੀਵਾਲ ਆਏ ਆ, ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਹੈ ਨਾਲ ਹੀ ਆ ਅਸੀਂ, ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ, ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ। ਕਿੱਦਾਂ ਮੌਤ ਹੋਈ ਵਿਅਕਤੀ ਦੀ? ਮੌਤ ਦਾ ਕੀ ਕਾਰਨ ਦੱਸ ਰਹੇ ਪਰਿਵਾਰ? ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ 'ਚ ਜਦੋਂ ਲੈ ਕੇ ਗਏ ਆ, ਤੇ ਉੱਥੇ ਇਹਨੂੰ ਕੁੱਟ ਕੁੱਟ ਕੇ ਮਾਰਿਆ ਗਿਆ, ਤੇ ਮਾਰਨ ਕਰਕੇ ਮੌਤ ਹੋਈ ਆ, ਅੰਧ ਵਿਸ਼ਵਾਸ ਕਰ। ਹੁਣ ਪੋਸਟਮਾਰਟਮ ਤੇ ਲਾਸ਼ ਪੁੱਟੀ ਜਾ ਰਹੀ ਆ? ਹਾਂਜੀ ਹਾਂਜੀ, ਪੋਸਟਮਾਰਟਮ ਲਈ ਲਾਸ਼ ਪੁੱਟੀ ਜਾ ਰਹੀ ਆ। ਥਾਣੇ ਧਾਰੀਵਾਲ ਦੀ ਘਟਨਾ ਜੀ, ਪਿੰਡ ਸਿੰਘਪੁਰ ਹੈ, ਇੱਥੇ 30 ਸਾਲ ਦਾ ਨੌਜਵਾਨ ਸੀ ਸੈਮਲ, ਉਹ ਬਿਮਾਰ ਰਹਿੰਦਾ ਸੀਗਾ, ਅਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ, ਪਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੁਛ ਤਾਨ ਹੈ, ਅਤੇ ਉਹ ਫਿਰ ਉਹਦੀ ਕੋਈ ਮਾਰ ਕਟਾਈ ਸ਼ੁਰੂ ਕਰਤੀ, ਅਤੇ ਫਿਰ ਉਹਨੇ ਕੁਛ ਹੋਰ ਬੰਦੇ ਬੁਲਾ ਲਏ, ਅਤੇ ਉਹਦੀ ਮਾਰ ਕਟਾਈ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ। ਹੁਣ ਡੈਡੀ ਬੜੀ ਕਢਾਈ ਜਾ ਰਹੀ ਹੈ? ਇਹ ਫਿਰ ਜਦੋਂ ਇਹ ਸਾਰੀ ਗੱਲ ਹੋਈ, ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਤਲਾਹ ਨਹੀਂ ਦਿੱਤੀ, ਅਤੇ ਇਹਨੂੰ ਕਰਤਾ ਦਫਨਾਤਾ ਹੀ ਬੋਡੀ ਨੂੰ। ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ, ਫਿਰ ਅਸੀਂ ਉਹਦੀ ਬਕਾਇਦਾ FIR ਲੌਂਚ ਕੀਤੀ ਹੈ। FIR ਲੌਂਚ ਕਰਨ ਤੋਂ ਬਾਅਦ ਕਿਉਂਕਿ ਇਹਦਾ ਪੋਸਟਮਾਰਟਮ ਜ਼ਰੂਰੀ ਹੈ, ਅਤੇ ਇਸ ਕਰਕੇ ਆਹ ਇਹਦੀ ਜਿਹੜੀ ਡੈਡ ਬੋਡੀ ਕੱਢ ਕੇ ਅਤੇ ਉਹਦਾ ਪੋਸਟਮਾਰਟਮ ਕਰਾਵਾਂਗੇ। ਦੋ ਬੰਦਿਆਂ ਦੇ 22 ਨੇ ਮੈਂ, ਬਾਕੀ 6-7 ਨਹੀਂ, ਅਜੇ ਕੋਈ ਰੈਸਟ ਨਹੀਂ। ਥੈਂਕ ਯੂ।